ਪੰਜਾਬ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦਾ ਪੰਜਾਬ ਲਾਈਵ ਟੀਵੀ ਸੱਚੀਆਂ ਖਬਰਾਂ ਅਤੇ ਪਰਿਵਾਰਕ ਮਨੋਰੰਜਨ ਦਾ ਸੁਮੇਲ ਪੰਜਾਬ ਲਾਈਵ ਟੀਵੀ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਲਾਈਵ ਟੀਵੀ ਤੁਸੀਂ ਵੇਖ ਰਹੇ ਹੋ ਪੰਜਾਬ ਲਾਈਵ ਟੀਵੀ ਪੰਜਾਬ ਲਾਈਵ ਨਿਊਜ਼ ਵੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਕਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਅਤੇ ਲੋਕਡਾਊਨ ਭਾਵੇਂ ਖਤਮ ਕਰ ਦਿੱਤਾ ਹੋਵੇ ਪਰ ਹਾਲੇ ਵੀ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਪਿਛਲੇ ਦਿਨੀ ਥਾਣਾ ਲਾਂਬੜਾ ਦੇ ਦੀਨ ਪੈਂਦੇ ਪਿੰਡ ਤਾਜਪੁਰ ਵਿੱਚ ਇੱਕ ਮਹਿਲਾ ਨੂੰ ਕਰੋਨਾ ਪੋਜ਼ੀਟਿਵ ਹੋਣ ਦੀ ਵਜ੍ਹਾ ਨਾਲ ਅੱਜ ਪਿੰਡ ਤਾਜਪੁਰ ਵਿੱਚ ਇੱਕ ਵਿਅਕਤੀ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਅਤੇ 8 ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿੱਚ ਚੈੱਕਅਪ ਲਈ ਲਿਜਾਇਆ ਗਿਆ। ਉੱਥੇ ਹੀ ਪਿੰਡ ਤਾਜਪੁਰ ਦੇ ਨਿਵਾਸੀ ਜੋਗਿੰਦਰਪਾਲ ਨੇ ਦੱਸਿਆ ਕਿ ਕੁਝ ਲੋਕ ਇਹਨਾਂ ਵਿੱਚੋਂ ਕਿਤੇ ਚਲੇ ਗਏ ਹਨ ਜੋ ਕਿ ਬਾਕੀ ਲੋਕਾਂ ਲਈ ਵੀ ਕਿਤੇ ਨਾ ਕਿਤੇ ਖਤਰਨਾਕ ਸਾਬਿਤ ਹੋ ਸਕਦੇ ਹਨ। ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਦੀ ਭਾਲ ਕਰਕੇ ਉਹਨਾਂ ਦੇ ਵੀ ਟੈਸਟ ਕਰਵਾਏ ਜਾਣ ਤਾਂ ਜੋ ਹੋਣ ਵਾਲੇ ਕਿਸੇ ਵੱਡੇ ਖਤਰੇ ਨੂੰ ਟਾਲਿਆ ਜਾ ਸਕੇ। ਜਲੰਧਰ ਤੋਂ ਡੇਵਿਡ ਬਹਿਲ ਦੀ ਰਿਪੋਰਟ। ਬਾਕੀ ਡੇਵਿਡ ਜੀ, ਇਸ ਤਰ੍ਹਾਂ ਹੀ ਵੀ ਇੱਥੇ ਮਤਲਬ ਟੋਟਲ 13 ਮੈਂਬਰ ਰਹਿੰਦੇ ਸੀਗੇ, 13 ਮੈਂਬਰ ਸੀ, ਜਿਨ੍ਹਾਂ ਵਿੱਚੋਂ ਮੇਰਾ ਖਿਆਲ 5 ਹਜੇ ਇਹ ਮਤਲਬ ਇਹਨਾਂ ਨੂੰ ਤੁਸੀਂ ਲੈ ਕੇ ਆਏ ਆ ਅਤੇ ਇੱਕ ਉਹ ਲੇਡੀ ਪਾ ਕੇ 6 ਹੋ ਗਏ ਆ ਅਤੇ ਮਤਲਬ 5-6 ਜਿਹੜੇ ਆ ਵਿੱਚੋਂ ਜਾ ਚੁੱਕੇ ਆ ਇੱਥੋਂ, ਮਤਲਬ ਪਤਾ ਨਹੀਂ ਉਹ ਕਿੱਥੇ ਆ। ਉਹਨਾਂ ਨੂੰ ਵੀ ਲੱਭਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਉਹਨਾਂ ਨੂੰ ਨਹੀਂ ਲੱਭਦੇ ਤਾਂ ਉਹ ਗਾਂਹ ਤੋਂ ਗਾਂਹ ਹੋਰ ਵੀ ਲੋਕਾਂ ਦੇ ਵਿੱਚ ਇਹ ਬਿਮਾਰੀ ਨੂੰ ਫੈਲਾ ਸਕਦੇ ਆ। ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਉਹਨਾਂ ਨੂੰ ਵੀ ਲੱਭ ਕੇ ਤਾਂ ਉਹਨਾਂ ਦੇ ਵੀ ਟੈਸਟ ਕਰਾਏ ਜਾਣ ਤਾਂ ਕਿ ਇਹ ਜਿਹੜੀ ਬਿਮਾਰੀ ਆ ਗਾਂਹ ਦੂਸਰਿਆਂ ਨੂੰ ਨਾ ਮਤਲਬ ਜਾਣ ਕੇ ਚਿੰਬੜ ਸਕੇ। ਇਹ ਆਪਣਾ ਇੱਥੇ ਕਿਰਾਏ 'ਤੇ ਰਹਿੰਦੇ ਸੀਗੇ? ਇਹ ਕਿਰਾਏ ਦੇ ਉੱਤੇ ਰਹਿ ਰਹੇ। ਹਾਂਜੀ, ਕਿੰਨੇ ਕੁ ਮੈਂਬਰ ਰਹਿੰਦੇ ਸੀ ਕਿਰਾਏ 'ਤੇ? 13 ਮੈਂਬਰ ਸੀ ਟੋਟਲ। ਠੀਕ ਆ ਜੀ। ਕੱਲ੍ਹ ਅਸੀਂ ਗਏ ਸੀ ਉਹਨਾਂ ਨੂੰ ਪੁੱਛਿਆ ਸੀਗਾ ਅਤੇ ਉਹ ਕਹਿੰਦੇ 13 ਮੈਂਬਰ ਸੀਗੇ ਸਰ ਇੱਥੇ। ਹੁਣ ਤੁਸੀਂ ਜਿਹੜੇ ਮੈਡੀਕਲ ਟੀਮ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਇਹ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਇੱਥੋਂ ਜਾ ਚੁੱਕੇ ਆ ਮਤਲਬ ਜਾਣੀ ਕਿ ਲੁੱਕ ਗਏ ਜਾਂ ਉਹਨਾਂ ਨੂੰ ਮਤਲਬ ਲੱਭ ਕੇ ਉਹਨਾਂ ਦੇ ਟੈਸਟ ਕਰਾਏ ਜਾਣ ਤਾਂ ਕਿ ਇਹ ਜਿਹੜੀ ਬਿਮਾਰੀ ਆ ਦੂਸਰਿਆਂ ਨੂੰ ਨਾ ਮਤਲਬ ਜਾਣੀ ਔਰ ਵੰਡ ਸਕਣ ਉਹ। ਕਿੰਨੇ ਕਿੰਨੇ ਬੰਦੇ ਜਿਹੜੇ ਆ ਉਹ ਇੱਧਰ ਉੱਧਰ ਹੋ ਗਏ? 5 ਮੈਂਬਰ ਹੋ, 5 ਜਾਂ 6 ਮੈਨੂੰ ਸ਼ੱਕ ਆ ਵੀ 5 ਮੈਂਬਰ ਹਾਂ ਵਿੱਚੋਂ ਜਾ ਚੁੱਕੇ ਆ। ਮੈਂ CHO ਹਾਂ ਜਿਹੜੀ ਕਿ ਪੋਜ਼ਿਟਿਵ ਆ ਪਿੰਡ ਖਾਂਬੜਾ ਅਤੇ ਇਹ ਸੈਂਟਰ ਆ ਵਿਲੇਜ ਸਾਡੇ ਅੰਡਰ ਆਉਂਦਾ ਤਾਜਪੁਰ। ਇੱਥੇ ਇੱਕ ਕੇਸ ਪੋਜ਼ਿਟਿਵ ਆਇਆ ਜਿਹੜਾ ਕਿ ਸਿਵਲ ਹਸਪਤਾਲ ਤੋਂ ਹੈ ਅਤੇ ਬਾਕੀ ਬਸ ਜਿਹੜੇ ਸਸਪੈਕਟਡ ਕੇਸਿਸ ਹੈ ਉਹਨਾਂ ਨੂੰ ਟੈਸਟ ਵਾਸਤੇ ਸਿਵਲ ਹਸਪਤਾਲ ਭੇਜਿਆ ਜਾ ਰਿਹਾ। ਮੈਡਮ, ਤੁਸੀਂ 3 ਜਿਹੜੇ ਆਦਮੀ ਉਹਨਾਂ ਦੇ ਫਰਾਰ ਹੋਣ ਦੀ ਵੀ ਕੋਈ ਇੱਦਾਂ ਦੀ ਖਬਰ ਹੈ ਜੀ? ਉਹਨਾਂ 'ਚੋਂ ਜਿਹੜੇ ਹੈਗੇ ਉਹਨਾਂ ਨੇ ਪ੍ਰਾਈਵੇਟ ਜਿਹੜਾ ਟ੍ਰੀਟਮੈਂਟ ਹੈ ਆਫ ਕੀਤਾ। ਠੀਕ ਹੈ ਜੀ। ਅਤੇ ਹੁਣ ਜਿਹੜੇ ਕੁਆਰੰਟਾਈਨ ਵੀ ਕੀਤਾ ਹੈ ਇੱਥੇ ਜਿਹੜਾ? ਜੀ ਹਾਂਜੀ, ਕੁਆਰੰਟਾਈਨ ਵੀ ਕੀਤਾ। ਇਹ ਕਿੱਥੇ ਰਹਿੰਦੇ ਸੀਗੇ ਜੀ? ਇਹ ਤਾਜਪੁਰ ਪਿੰਡ 'ਚ ਰਹਿੰਦੇ ਨੇ। ਕਿਰਾਏ 'ਤੇ ਰਹਿੰਦੇ ਆ? ਹਾਂਜੀ। ਅਤੇ ਪ੍ਰਵਾਸੀ ਨੇ ਜਾਂ ਪ੍ਰਵਾਸੀ ਵੀ ਨੇ ਅਤੇ ਪੰਜਾਬੀ ਵੀ ਹੈ? ਠੀਕ ਹੈ।